ਮੈਂ ਹਾਂ ਤੂੰ ਮੈਨੂੰ ਦੱਸ ਤੂੰ ਹੈ ਕੌਣ ਹੈ, ਕੀ ਮਸਲਾ ਤੈਨੂੰ, ਕੋਈ ਦਿਮਾਗ ਤੇਰਾ ਦਰੁਸਤ ਕਰ ਦਵਾਂ ਮੈਂ, ਤੂੰ ਮੈਨੂੰ ਜਾਣਦਾ ਨਹੀਂ। ਉਹ ਕਿਹੜੇ ਚੌਧਰੀ ਬਣੇ ਫਿਰਦੇ, ਮੈਂ ਤੇਰੀ ਕੱਢ ਦਵਾਂ ਚੌਧਰ ਪੂਰਾ ਤੇਰਾ ਮੈਂ ਬਾੜ ਦੇ ਵਿੱਚ। ਤੂੰ ਕਿਉਂ ਲੈ ਕੇ ਗਿਆ? ਜ਼ਬਰਦਸਤੀ ਲੈ ਕੇ ਚੱਲ ਇਹਨੂੰ, ਜ਼ਬਰਦਸਤੀ ਲੈ ਕੇ ਚੱਲ। ਅਸਲਾਮੁ ਅਲੈਕੁਮ, ਵੈਲਕਮ ਬੈਕ ਟੂ ਮਾਈ ਬ੍ਰੈਂਡ ਨਿਊ ਵਲੌਗ। तो कैसे हैं आप सब? जिसने चैनल को सब्सक्राइब नहीं किया सबसे पहले चले जाएं चैनल को, कर दे सब्सक्राइब, वीडियो कर दे लाइक, बेल आइकन को जरूर दबा दे ताकि आने वाली वीडियो आप तक पहुंच जाए। ठीक है समरिया, तो कैसे हैं सब? ठीक ठाक हैं? गोश्त गुश मकाया जे कि नहीं मकाया? गोश्त मका दियो, इन्ना गोश्त ना खाओ, जितना जितना गोश्त खाओगे उतना उतना मैदा भी आपका अपना है, मैदे पे क्यों जुल्म कर रहे हो? इतना गोश्त खा गए आगे, मैं पिछले दिनों बीमार हूँ, गोश्त खा लिया, डॉक्टर कहना बाहर भी गर्मी है अंदर भी गर्मी है, इसलिए आपको जो सा फूड पॉइजनिंग हो गई है। बहरहाल गोश्त खा लो जल्दी से। अच्छा अभी हम जा रहे हैं, जैसे कि आपको पता है या तो नेक्स्ट हमारी जो उनसे अगली वीडियो होती है वो इछड़े की होती है, या पापा अम्मी हम नींद रहे हों तो उनके साथ हो जाती है, लेकिन अब हम जा रहे हैं इछड़े। आज देखते हैं कि आपके लिए क्या इंटरटेनिंग व्लॉग निकाल सकता हूँ मैं, कैसे आपको इंटरटेन कर सकता हूँ। लीमू परसों का मिल गया हुआ है एक, अब अल्लाह खैर करे 6 लीमू रह गए, पीछे इंशाल्लाह 6 भी हम ढूँढ लेंगे। तो मज़ा आ रहा व्लॉग देखने का, इंटरटेनिंग व्लॉग देखने का मज़ा आ रहा कि नहीं आ रहा? नहीं आ रहा है तो फिर यस यस मैसेज करें, बताएं कमेंट में, ज़्यादा से ज़्यादा बताया करें कमेंट में, मज़ा आ रहा है नहीं आ रहा, बोर हो रहे हो नहीं हो रहे, सब कुछ एक एक बार बताया करें। तो अभी मैंने नाश्ता भी नहीं किया क्योंकि गैस ख़त्म हुई थी, तो आप बस उधर जाके ही करते हैं। हेलो अस्सलाम वालेकुम, क्या हाल चाल है पापा, कैसे हो आप? हेलो हेलो जी, कौन? भाई कौन गल कर रहा है? कौन है? नहीं भैन तुसी, भाई तू है कौन है? ब्लॉग बनाना अपने वास्ते बनाना, तेरे वास्ते तो नहीं बनाता। ਕੌਣ ਹੈ? ਉਹ ਪਤਾ ਨਹੀਂ ਕੌਣ, ਤੂੰ ਹੈ ਕੌਣ ਭਾਈ, ਕੀ ਹੋਇਆ, ਕੀ ਮਸਲਾ, ਕੀ ਮੇਰੀ ਮੇਰੀ ਜਾਨ, ਮੇਰੀ ਗੱਲ ਸੁਣੋ ਭੈਣ, ਤੁਸੀਂ ਹੈਗੇ ਕੌਣ ਹੋ? ਉਹ ਤੂੰ ਹੈ ਕੌਣ, ਤੇਰੇ ਕੋਲ ਪੁੱਛ ਕੇ ਬਲੌਗ ਬਣਾਉਣਾ ਭਾਈ, ਜੋ
ਮੈਂ ਕੱਲ ਮੈਂ ਵਲੌਗ ਪਾਣੀ ਅੱਜ ਵੀ ਪਾਵਾਂਗਾ ਜੋ ਹੁੰਦਾ ਤੂੰ ਕੱਲ ਦੇ ਯਾਰ ਮੈਨੂੰ ਫੜਾ ਮੈਂ ਔਰ ਕਿਹੜਾ ਭਲਵਾਨ ਆ ਕਿਹੜਾ ਤੂੰ ਹੈਲੋ ਔਰ ਚੌਧਰੀ ਦਾ ਮਾਮੇ ਆ ਤੂੰ ਹੈ ਕੌਣ ਹੈ ਕੀ ਬਦਤਮੀਜ਼ੀ ਕਰਨ ਦੇ ਆ ਮਾਮੇ ਹਾਂ ਤੂੰ ਮੈਨੂੰ ਦੱਸ ਤੂੰ ਹੈ ਕੌਣ ਹੈ ਕੀ ਮਸਲਾ ਤੈਨੂੰ ਦਿਮਾਗ ਤੇਰਾ ਦਰੁਸਤ ਕਰ ਦਵਾਂ ਮੈਂ ਤੂੰ ਮੈਨੂੰ ਜਾਣਦਾ ਨਹੀਂ ਉਹ ਕਿਹੜੇ ਚੌਧਰੀ ਬਣੇ ਫਿਰਦੇ ਮੈਂ ਤੇਰੀ ਕੱਢ ਦੇਵਾਂ ਚੌਧਰ ਪੂਰਾ ਤੇਰਾ ਮੈਂ ਤੂੰ ਹੈ ਕੌਣ ਹੈ ਕਿੱਥੇ ਹੈਗਾ ਮੈਂ ਤੇਰੀ ਲੋਕੇਸ਼ਨ ਹੁਣ ਕੱਢ ਕੇ ਨਾ ਤੇ ਤੇਰੇ ਐਡਰੈਸ ਤੇ ਪਹੁੰਚਦਾ ਤੈਨੂੰ 5 ਮਿੰਟਾਂ 'ਚ ਪਤਾ ਲੱਗ ਜਾਏਗਾ ਮੈਂ ਕੌਣ ਉਹ ਬਦਤਮੀਜ਼ੀ ਨਾ ਕਰ ਤੂੰ ਆ ਰਿਹਾ ਤੂੰ ਆ ਰਿਹਾ ਕਿ ਮੈਂ ਤੇਰੇ ਕੋਲ ਪਹਿਲੇ ਪਹੁੰਚ ਜਾਣਾ ਉਹ ਕੱਲ ਕਿਉਂ ਅੱਜ ਹੀ ਮਿਲਨੇ ਆ ਉਹ ਵਲੌਗ ਬਣਾ ਰਿਹਾ ਤੈਨੂੰ ਤਕਲੀਫ ਹੈ ਕੋਈ ਵਲੌਗਾਂ ਦੀ ਬੇਹਜਾਈ ਦਾ ਤੂੰ ਮਾਮਾ ਲੱਗਣਾ ਬੇਹਜਾਈ ਦਾ ਜਾਂ ਤੂੰ ਕਿਤੇ ਮਾਮਾ ਚ ਤੂੰ ਦੱਸਦਾ ਨਾ ਤੇ ਤੂੰ ਹੁਣ ਆਪਣਾ ਜਿਹੜਾ ਨਾ ਬੰਦੋਬਸਤ ਕਰ ਲਾ ਮੈਂ 10 ਮਿੰਟ ਤੇਰੇ ਕੋਲ ਜਿੱਥੇ ਵੀ ਆਉਣਾ ਮੈਂ ਤੇਰੀ ਲੋਕੇਸ਼ਨ ਕਢਾ ਲਈ ਹੈ ਤੇ ਤੂੰ ਜਿਹੜਾ ਨਾ ਮੈਂ ਦੂਸਰੇ ਮੋਬਾਈਲ 'ਤੇ ਦੇਖ ਲਈ ਤੇਰੇ ਕੋਲ ਹੁਣ ਮੈਂ ਪਹੁੰਚਣਾ 10 ਮਿੰਟਾਂ 'ਚ ਫੋਨ ਬੰਦ ਕਰ ਮੈਂ ਤੇਰਾ ਇਲਾਜ ਦੇਖੀ ਕੈਸਾ ਕਰਦਾ ਤੂੰ ਕੀ ਪਹੁੰਚਣਾ ਏਡਾ ਤੂੰ ਪਹੁੰਚਣ ਵਾਲਾ ਹੁੰਦਾ ਨਾ ਤੇ ਫਿਰ ਆ ਕੇ ਮਿਲਦਾ ਰੋਕ ਸਕਣਾ ਤੂੰ ਰੋਕ ਲੈ ਅੱਬਲ ਤਾਂ ਮੈਂ ਤੈਨੂੰ ਆਉਣ ਵਾਲੇ 10 ਮਿੰਟਾਂ 'ਚ ਮੈਂ ਤੇਰਾ ਇਲਾਜ ਵੇਖੀ ਕੈਸਾ ਕਰਦਾ ਬੰਦ ਕਰ ਫੋਨ ਬੰਦ ਕਰ ਕੌਣ ਥਾ ਪਤਾ ਨੀ ਚਾਹਨੇ ਕੀ ਯਾਰ ਐਸਾ ਤਾਂ ਅੱਜ ਤੱਕ ਨਹੀਂ ਹੋਇਆ ਪਤਾ ਨਹੀਂ ਇਹਦਾ ਮੈਂ 1 ਮਿੰਟ ਅਚਾਨਕ ਹੀ ਐਸਾ ਤਾਂ ਅੱਜ ਤੱਕ ਨਹੀਂ ਹੋਇਆ ਮੇਰੇ ਸਾਹ ਕਭੀ ਕਿਸੇ ਨੇ ਧਮਕੀ ਦੀ ਹੋ ਐਸਾ ਵਲੌਗ ਪੇ ਕਿਆ ਹੋ ਰਿਹਾ ਪਤਾ ਨਹੀਂ ਕਿਸੇ ਨੇ ਫੋਨ ਕੀਆ ਧਮਕੀ ਦੀ ਹੈ ਵਲੌਗ ਨਾ ਆਵੇ ਨਹੀਂ ਤੇ ਤੈਨੂੰ ਦੱਸਾਂਗਾ ਇੰਜ ਕਰਦਾ ਪਤਾ ਨਹੀਂ ਐਵੇਂ ਕਿਆ ਤਕਲੀਫ ਆ ਹੈਲੋ ਜੁਏਦ ਆਪਣਾ ਨੰਬਰ ਇੱਕ ਨੋਟ ਕਰ ਇਹ ਨਾ ਕਾਲ ਆਈ ਇਸ ਨੰਬਰ ਤੋਂ ਨਾ ਬੈਠੇ ਦੇ ਨੰਬਰ 'ਤੇ ਅਤੇ ਮੈਨੂੰ ਨਾ ਜਿਹੜਾ ਨਾ ਟਰੇਸ ਕਰਕੇ ਮੈਂ ਤੈਨੂੰ ਮੈਸੇਜ ਕੀਤਾ ਅਤੇ ਤੇਰਾ ਟਰੇਸ ਕਰਕੇ ਨਾ ਤੈਨੂੰ ਦੱਸ ਕਿਆ ਹੈ ਬੰਦਾ ਕਿੱਥੋਂ ਦਾ ਕੌਣ ਹੈ ਠੀਕ ਹੈ ਨਾ ਇਹਦਾ ਤਾਂ ਮੈਂ ਬੰਦੋਬਸਤ ਕਰਾਂ ਨਹੀਂ ਛੋਟਾ ਬੇਟਾ ਨਹੀਂ ਜਿਹੜਾ ਵਲੌਗ ਵਗੈਰਾ ਬਣਾਉਂਦਾ ਹਾਂ ਹਾਂ ਬੈਰੀਅਰ ਤੋਂ ਯਾਰ ਉਹਦੇ ਉਹਦੇ ਨਾਲ ਬੜੀ ਬਦਤਮੀਜ਼ੀ ਮੇਰੇ ਨਾਲ ਬੜੀ ਬਦਤਮੀਜ਼ੀ ਕੀਤੀ ਹੈ ਅਤੇ ਮੈਂ ਨਾ ਇਹਨੂੰ ਜਿਹੜਾ ਨਾ ਹੁਣੇ ਹਾਂ ਠੀਕ ਹੈ 10 ਮਿੰਟ ਤੋਂ ਮੈਨੂੰ ਨਾ ਭੇਜ ਮੈਂ ਦੇਖੇ ਦਾ ਬੰਦੋਬਸਤ ਕਰਦਾ ਓਕੇ ਓਕੇ ਅੱਲਾ ਅਜੀਬ ਨਹੀਂ ਬਾਬਾ ਐਸਾ ਤਾਂ ਅੱਜ ਤੱਕ ਨਹੀਂ ਹੋਇਆ ਕਭੀ ਮਤਲਬ ਇਹ ਕੌਣ ਟੀਜੇ ਮਹੱਲੇ ਤੋਂ ਕੋਈ ਉੱਠ ਕੇ ਆ ਗਿਆ ਲੋਕ ਬਣਾਉਣਾ ਤੂੰ ਛੱਡਦੇ ਇਹ ਵੋ ਲੱਟਣ ਪੱਟਣ ਐਸਾ ਤਾਂ ਨਹੀਂ ਹੁੰਦਾ ਨਾ ਨਹੀਂ ਕਿਸੇ ਕੋ ਕਹਨੇ ਦਾ ਰਾਈਟ ਹੀ ਨਹੀਂ ਬੰਦਾ ਕੋਈ ਜੋ ਮਰਜ਼ੀ ਕਰੇ ਹਰ ਇੱਕ ਯਾਰ ਇਹ ਕੋ ਤਰੀਕਾ ਨਹੀਂ ਹੈ ਲੋਕਾਂ ਨੇ ਸ਼ੁਰੂ ਕਰ ਦਿੱਤਾ ਯਾਰ ਜੋ ਬੰਦਾ ਉੱਪਰ ਜਾ ਰਹਾ ਤਾਂ ਨਾ ਕੋਈ ਕਿਸੇ ਕੋ ਉੱਪਰ ਜਾਤਾ ਨਹੀਂ ਦੇਖ ਸਕਦਾ ਗੱਲ ਇਹ ਨਹੀਂ ਹੈ ਗੱਲ ਅਸਲੇ ਕੀ ਹੈ ਕਿ ਜੋ ਵੀ ਕੰਮ ਕਰਦਾ ਨਾ ਬੰਦਾ ਆਪਣੇ ਲਈ ਕਰਦਾ ਬਿਲਕੁਲ ਐਸਾ ਹੀ ਹੈ ਇਸ ਨੂੰ ਇਸ ਗੱਲ ਦੀ ਤਕਲੀਫ ਤਾਂ ਨਹੀਂ ਹੋਣੀ ਚਾਹੀਏ ਬਿਲਕੁਲ ਐਸਾ ਇਹ ਉਹ ਲੋਕ ਨੇ ਜਿਹੜੇ ਥੋੜੇ ਪੁੰਜੀ ਹੁੰਦੇ ਨੇ ਬਿਲਕੁਲ ਐਸਾ ਹੀ ਆਪ ਨਾ ਕੁਝ ਕਰਨਾ ਤੇ ਨਾ ਅਗਲੇ ਨੂੰ ਕੁਝ ਕਰਨਾ ਬਿਲਕੁਲ ਐਸਾ ਹੀ ਹੈ ਐਸੇ ਹਰ ਤੋਂ ਮੈਂ ਕਰ ਲੈਣਾ ਹੁਣੇ ਲਾਜ ਮੈਨੂੰ ਹੁਣੇ ਡਰੈਸ ਆ ਜਾਂਦਾ ਨਾ ਤੇ ਚੱਲਦੇ ਆ ਚਲੋ ਹਾਂ ਕੋਈ ਬਾਤ ਨਹੀਂ ਮੰਨ ਗਿਆ ਮਤਲਬ ਅਭੀ ਆਏ ਹੀ ਉਹ ਤੇ ਆ ਗਏ ਨਵੀਂ ਨਿਊਜ਼ ਆ ਗਈ ਮੈਂ ਕਿਹਾ ਫੋਨ ਪਤਾ ਨਹੀਂ ਪਹਿਲੇ ਵੀ ਬਾਜਰਾ ਮੈਨੇ ਇਗਨੋਰ ਕੀਆ
ਉਹ ਪਾਪਾ ਨੇ ਮੈਨੂੰ ਕਿਹਾ ਫੋਨ ਚੁੱਕ, ਫੋਨ ਕਿਸ ਘਰ ਆ? ਟੱਟੂ ਟੈਰੇ ਧਮਕੀਆਂ ਵੀ ਦੇਣੀ ਸਾਹੀਵਾਲ ਨੂੰ? ਯਾਰ ਮੇਰੀ ਗੱਲ ਸੁਣ, ਸਾਹੀਵਾਲ ਦੀ ਕੋਈ ਐਸਾ ਮਸਲਾ ਨਹੀਂ, ਉਹ ਮੇਰਾ ਦੋਸਤ ਹੀ ਉੱਥੇ ਲੱਗਾ ਹੈ, ਅਤੇ ਤੂੰ ਲੋਕੇਸ਼ਨ ਸੈਂਡ ਕਰ, ਮੈਂ ਉਹਨੂੰ ਸੈਂਡ ਕਰਦਾ, ਉਹਨੂੰ ਵੇਖੀ ਜੁੱਤੀਆਂ ਫੇਰਦਾ ਬੁਲਾ ਕੇ ਥਾਂ। ਧਮਕੀਆਂ ਦੇ ਰਹੇ ਹੋ ਕਿਧਰ ਸਾਹੀਵਾਲ ਬਹਿ ਗਏ ਯਾਰ? ਯਾਰ ਤੂੰ ਉਹਨਾਂ ਮੈਨੂੰ ਮੇਰੀ ਗੱਲ ਸੁਣ ਨਾ, ਤੂੰ ਮੈਨੂੰ ਸੈਂਡ ਕਰ, ਅੱਗੋਂ ਮੈਂ ਜਾਣਾ ਅਤੇ ਮੇਰਾ ਕੰਮ ਜਾਣਾ। ਆਪਣੇ ਕੰਮ ਨਾਲ ਕੰਮ ਰੱਖੋ, ਅਗਲਾ ਬੰਦਾ ਕੰਮ ਕਰ ਰਿਹਾ ਉਹਨੂੰ ਕਰਨ ਦੇ, ਵਿੱਚ ਹੀ ਆਪਣੀ ਧਮਕੀਆਂ ਬਲੌਗਿੰਗ। ਬੰਦਾ ਪੁੱਛੇ ਤੂੰ ਮਾਮੇ ਖਾਂ ਹੈ ਕੌਣ ਹੈ? ਸੈਂਡ ਕਰ, ਅੱਲਾਹ ਹਾਫਿਜ਼। ਆਜੋ ਉਹਨਾਂ ਲੋਕੇਸ਼ਨ ਨਾ ਭੇਜਿਆ ਜੀ। ਠੀਕ ਹੈ, ਲੋਕੇਸ਼ਨ ਸੈਂਡ ਕਰਦਾ, ਉਹਨਾਂ ਨੂੰ ਚੈੱਕ ਕਰਦਾ ਤੇ ਉਹ ਫਿਰ ਦੇਖ ਲੈਂਦਾ। ਆ ਗਿਆ ਇਹਨੇ, ਦੱਸ ਆ ਗਏ ਖੈਰ ਨਾ ਅੱਜ ਪੜ੍ਹ। ਚਲੋ ਸ਼ੁਕਰ ਅਕੈਡਮੀ ਪੜ੍ਹ ਰਹੇ ਆ ਅੱਜ। ਹਾਂ ਦੇ ਇਹਨੂੰ ਖਾਣਾ ਚਾਣਾ ਦੇ। ਪੜ੍ਹ ਅਕੈਡਮੀ ਕੱਬ ਕੀ ਹੋਇਆ ਇਹਨਾਂ ਮੂੰਹ ਸੇ ਜਾ ਕੇ? ਬਸਤਾ ਕਿਵੇਂ ਸੁੱਟਿਆ? ਗਿਆ ਜੀ ਉਸ ਪੜਨ ਵਾਲੀ, ਦੋ ਦਿਨਾਂ ਬਾਅਦ ਮੂੰਹ ਸੇ ਜਾਣਾ ਸੀ। ਬਸਤਾ ਸੁੱਟਿਆ ਕਿਵੇਂ? ਬਸਤੇ ਜਿਹੜਾ ਨਾ ਰੱਖ ਬਾਤ, ਬਸਤੇ ਕੀ ਇੱਜ਼ਤ ਕਰੋਗੇ ਤਾਂ ਬਸਤਾ ਤੁਹਾਡੀ ਇੱਜ਼ਤ ਕਰੇਗਾ। ਕੀ ਹੋਇਆ ਕੀ ਹੈ? ਕੀ ਬਤਾਉਂ? ਕੀ ਮਤਲਬ ਕੀ ਬਤਾਉਂ? ਬਤਾਓ ਜੋ ਹੋਇਆ। ਪੈਦਲ ਤਾਂ ਨਹੀਂ ਆਇਆ? ਕੀ ਹੈ? ਰਕਸ਼ਾ ਤਾਂ ਨਹੀਂ ਪੈਂਚਰ ਹੋ ਗਿਆ? ਫੋਨ ਚੋਰੀ ਹੋ ਗਿਆ। ਫੋਨ ਚੋਰੀ ਹੋ ਗਿਆ? ਪਤਾ ਨਹੀਂ ਇਸ ਵਜ੍ਹਾ ਲੈ ਕੇ ਜਾਤਾ ਰਹਾ ਸਾਰੇ ਜਾਨ ਬਾੜ ਦੇ ਵਿੱਚ। ਤੂੰ ਕਿਉਂ ਲੈ ਕੇ ਗਿਆ? ਮੈਂ ਲੈ ਕੇ ਜਾਤਾ ਰੋਜ਼ ਆਪਣੇ। ਫੋਨ ਕਿਉਂ ਲੈ ਕੇ ਗਿਆ? ਮੈਨੂੰ ਨਹੀਂ ਪਤਾ ਕੀ ਲੈ ਕੇ ਗਿਆ। ਡੱਬਾ ਦੇ ਨਿਕਾਲ ਕੇ ਕੀ ਮਤਲਬ? ਡੱਬਾ ਨੀ ਹੈ ਡੱਬਾ ਨੀ ਡੱਬਾ ਕਿੱਧਰ ਗਿਆ? ਕਟੂਆ ਯਾਰ ਤੈਨੂੰ ਡੱਬੇ ਦਾ ਨੀ ਪਤਾ? ਇੱਧਰ ਹੀ ਰੱਖਾ ਤਾ ਮੈਂ। ਯਾਰ ਦੱਸੋ ਯਾਰ ਕੈਸੀ ਗੱਲ? ਪ੍ਰਿੰਸੀਪਲ ਦਾ ਨੰਬਰ ਸਾਰੀਆਂ ਪਰੇਸ਼ਾਨੀਆਂ ਸਾਡੇ ਨਾਲ ਹੀ ਨੇ। ਹੈ ਤਾਂ ਸਹੀ ਪ੍ਰਿੰਸੀਪਲ ਦਾ ਨੰਬਰ ਆ ਮੇਰੇ ਕੋਲ ਨਹੀਂ ਆ ਨੰਬਰ ਦਾ ਨੰਬਰ ਦੇ ਮੈਂ ਚੋਰੀ ਹੋ ਗਿਆ। ਬੇਟਾ ਤੂੰ ਕਿਉਂ ਲੈ ਕੇ ਗਿਆ ਮੈਨੂੰ ਦੱਸ? ਮੈਂ ਲੈ ਕੇ ਗਿਆ, ਗਲਤੀ ਹੋ ਗਈ। ਮੈਂ ਕਿਹਾ ਇਹ ਗਲਤੀ ਹੈ? ਇਹਨੂੰ ਗਲਤੀ ਕਹਿੰਦੇ ਤੇ ਮਸਤੀ ਕਹਿੰਦੇ ਨੇ? ਮਸਤੀ ਕਿਆ? ਆਹੋ ਗਲਤੀ ਤਾਂ ਚੰਗ ਹੋਇਆ, ਤੂੰ ਜਾਣ ਬੁੱਝ ਕੇ ਲੈ ਕੇ ਗਿਆ।
ਤੂੰ ਲੈ ਕੇ ਕਿਉਂ ਗਿਆ ਬਸ ਇਹ ਨੀ ਮੈਨੂੰ ਸਮਝ ਆਈ ਆ ਵੇਖਿਆ ਸ਼ੋਕੀ ਮਾਨੀ ਆ ਚੱਲ ਯਾਰ ਚੱਲੀਏ ਤੋ ਅਕੈਡਮੀ ਜੜਾ ਨਾ ਪ੍ਰਿੰਸੀਪਲ ਨੂੰ ਉੱਥੇ ਮਿਲ ਕੇ ਬਾਬਾ ਟਾਈਮ ਦੇਖੋ ਆਪੇ ਤਾਂ ਬੰਦ ਹੋ ਗਈ ਹੋਣੀ ਅਕੈਡਮੀ ਅਭੀ ਤੱਕ ਤਾਂ ਬੰਦ ਵੀ ਹੋ ਗਿਆ ਹੋਣਾ ਬੈਲ ਹੋ ਰਹੀ ਹੈ ਬੈਲ ਤਾਂ ਹੋ ਰਹੀ ਹੈ ਪਾਪਾ ਕੈਪ ਤਾਂ ਫੋਨ ਉਠਾ ਲਿਆ ਕੋਈ ਕੈਪ ਤਾਂ ਐਸੇ ਹੀ ਗਿਰਾ ਹੋਇਆ ਤੈਨੂੰ ਲੱਭ ਜਾ ਕੋਈ ਹਾਂ 100 ਬੰਦੇ ਹੋਤੇ ਹੈ 6 ਲੋਕ ਦੇ ਵੀ ਦਿੱਤੇ ਹੈ ਹਾਂ ਲੇਕਿਨ ਤੈਨੂੰ ਮੈਨੂੰ ਦਿਲ ਕਰਦਾ ਛਿੱਤਰ ਮਾਰ ਮੇਰੇ ਕੀ ਗਲਤੀ ਹੈ ਚੰਗਾ ਹੈ ਸਗੋ ਜਾਨ ਛੁੱਟੀ ਫੋਨ ਤੇ ਕੱਲ ਕਹਿ ਵੀ ਦੇ ਥੇ ਆਪ ਬੇਟਾ ਹੁਣ ਫੋਨ ਤੋਂ ਬਗੈਰ ਹੀ ਨਹੀਂ ਹੁਣ ਕਿੰਨੇ ਤੂੰ ਆਸਾਨੀ ਨਾਲ ਗਮਾਇਆ ਬੈਠੇ ਰਹੋ ਭਾਵੇਂ ਮੋਬਾਈਲ ਉਹਦੇ ਅੰਦਰ ਮਿੱਟੀ ਹੋ ਗਿਆ ਮਿੱਟੀ ਹੋ ਗਿਆ ਨਾ ਡੱਬਾ ਬੰਦ ਕਿਵੇਂ ਹੋਣਾ ਹਾਂ ਮਿੱਟੀ ਹੋ ਗਿਆ ਭਾਈ ਮਿੱਟੀ ਹੋ ਗਈ ਖਤਮ ਹੋ ਗਈ ਖਤਮ ਹੋ ਗਈ ਕਹਾਣੀ ਚਲੋ ਅਗਲਾ ਮੌਜਾ ਤੂੰ ਹਾਂ ਲੁੱਟਣੀਆਂ ਸੀ ਨਾ ਹੁਣ ਜਿਹੜਾ ਨਾ ਪੜਾਈ ਵੱਲ ਧਿਆਨ ਦੇ ਤੇ ਚੁੱਪ ਕਰਕੇ ਜਿਹੜਾ ਨਾ ਅਕੈਡਮੀ ਜਾ ਤੇ ਅਕੈਡਮੀ ਦਾ ਜਿਹੜਾ ਨਾ ਮੈਨੂੰ ਪੜਦਾ ਨਜ਼ਰ ਆ ਠੀਕ ਹੈ ਨਾ ਤੂੰ ਵੀ ਸੁਣ ਲੈ ਮੋਬਾਈਲ ਨੂੰ ਬੋਲ ਨਹੀਂ ਦੇਣਾ ਕੋਈ ਵੀ ਆਪਾਂ ਤਾਂ ਆਜਾ ਤੇ ਮੇਰੇ ਉੱਪਰ ਹੀ ਆਉਂਦਾ ਮੈਂ ਆਪਕੋ ਕੁਝ ਕਹਿ ਨਹੀਂ ਦੇਖਾ ਚਲੋ ਬੈਠੇ ਰਹੋ ਹੁਣ ਭੈਣ ਮੋਬਾਈਲ ਹੁਣ ਤਰਸਦੇ ਰਹੋ ਗੇਮਾਂ ਵਾਸਤੇ ਵਲੋਗਾਂ ਵਾਸਤੇ ਪਾਪਾ ਵਲੋਗੋ ਸੇ ਵੀ ਜਾਨ ਛੋੜ ਗਈ ਹੈ ਨੋ ਵਲੋਗੋ ਸੇ ਵੀ ਜਾਨ ਛੋੜ ਗਈ ਹੈ ਕੋਈ ਬਲੋਕੀ ਬਲੂਕੀ ਨਹੀਂ ਪਰ ਉਹ ਹੁਣ ਸਹੀ ਕਿਹਾ ਪਾਪਾ ਨੇ ਅਭੀ ਕੱਲ ਕਹਿ ਰਹੇ ਥੇ ਦਾ ਫੋਨ ਖਿੱਚ ਲੋ ਰਿਜ਼ਲਟ ਕਿਦੋਂ ਆ ਰਿਹਾ ਅਗਸਤ ਮੈਂ ਕਿਤਨੀ ਵਾਰ ਆਪਕੋ ਬਤਾ ਦਿਆ ਹੈ ਉਹ ਕਿਹੜੀ ਗਸਤਾਨੀ ਹੈ ਕਿ ਅਗਸਤ ਆ ਮੇਰੀ ਕੀ ਗਲਤੀ ਆਏਗੀ ਆਪਣੇ ਟਾਈਮ ਤੇ ਆ ਜਿਹੜਾ ਸ਼ਰਮਿੰਦਾ ਨਹੀਂ ਗਾ ਫੋਨ ਡਿੱਗ ਗਿਆ ਬੰਦਾ ਕੋਈ ਪਰੇਸ਼ਾਨ ਹੁੰਦਾ ਉਹਨੂੰ ਇਹ ਹੈਗਾ ਫਿਰ ਆਏਗਾ ਫੋਨ ਖਰੀਦਿਆ ਹਾਂ ਇਹ ਵੀ ਹੈ ਬਸ ਜਿਨ੍ਹਾਂ ਨੇ ਪੈਸੇ ਦਿੱਤੇ ਨੇ ਪਰੇਸ਼ਾਨੀ ਉਹਨਾਂ ਨੂੰ ਕਿ ਤੈਨੂੰ ਕਾ ਦਿਓ ਬਿਲਕੁਲ ਆਪ ਨਹੀਂ ਲੈ ਕੇ ਦੇਣੇ ਆ ਕੋਈ ਬਾਤ ਨੀ ਚਲੋ ਚਲਾ ਤੇ ਗਿਆ ਫੋਨ ਹੁਣ ਕੀ ਹੋ ਸਕਦਾ ਇੰਜੋਏ ਕਰੋ ਇੰਜੋਏ ਯੋਰਸੈਲਫ ਸਹੀ ਬਾਤ ਪਾਪਾ ਤੇ ਖੁਸ਼ ਹੀ ਹੈ ਤੇਰਾ ਫੋਨ ਕੋ ਬਾਅਦ ਚਾਹ ਬੇਟੇ ਹੁਣ ਤੂੰ ਮੈਟ੍ਰਿਕ ਚ ਪਾਸ ਹੋਏਗਾ ਤੇਰਾ ਮੋਬਾਈਲ ਤੈਨੂੰ ਨੀ ਨਾ ਲੱਭੇਗਾ ਚੰਗਾ ਹੀ ਹੋਇਆ ਬਸ ਸਹੀ ਹੋਇਆ ਹੁਣ ਤੈਨੂੰ ਅਕਲ ਟਿਕਾਣੇ ਆਏਗੀ
ਮੁਬਾਰਕ ਹੋ, ਮੋਬਾਈਲ ਵੀ ਗਿਆ, ਸਭ ਕੁਝ ਹੋ ਗਿਆ। ਗਰਦਨ ਸੁੱਟੀ ਥੱਲੇ, ਹੁਣ ਚੁੱਕ ਗਰਦਨ ਨੂੰ, ਜਾ ਮਸ਼ੀਨ ਮਸ਼ੀਨ ਫੜਾ, ਜਾ ਜ਼ੀਰੋ ਦੀ ਮਸ਼ੀਨ ਫੜਾ, ਟਿੰਡ ਕਰਾ। ਸਵੇਰੇ ਨਾ ਸਵੇਰੇ ਟਿੰਡ ਹੋਈ ਹੋਵੇ, ਚਮਕਦੀ ਹੋਵੇ ਟਿੰਡ ਤੇਰੀ। ਮੋਬਾਈਲ ਵਿਚਾਰੇ ਦਾ ਚੋਰੀ ਹੋਇਆ ਗਿਆ, ਕਿਥੇ ਚਲੇ ਗਿਆ? ਚੱਲ ਨਾਲੇ ਚਲੇ ਗਿਆ, ਚੱਲ ਨਾਲੇ ਵੀ ਕੌਣ ਰੋਕ ਸਕਦਾ। ਆਪ ਸੋ ਕਹਿ ਰਹੇ ਤੇਰੇ ਨਾਮ ਵਾਲਾ ਦੁੱਖ ਲੈ ਕੇ ਬੈਠ ਜਾਂਦੇ ਸਲਮਾਨ ਖਾਨ ਨੇ ਅਸੀਂ। ਛੁੱਟੀ ਕਰੋ। ਫਿਊ ਮੋਮੈਂਟਸ ਲੇਟਰ ਪਾਪਾ ਫਿਰ ਮੈਂ ਜਾ ਰਹਾ। ਠੀਕ ਹੈ ਫਿਰ, ਚਲੋ ਸਹੀ ਹੈ, ਚਲੋ ਠੀਕ ਹੈ ਮੈਂ। ਠੀਕ ਹੈ ਮਾਨ ਸਾਹਿਬ, ਮੋਬਾਈਲ ਸ਼ਬਾਈਲ ਹੁਣ ਗਵਾ ਚ ਗਿਆ, ਕੀ ਹੋ ਸਕਦਾ? ਮੋਬਾਈਲ ਹੋ ਗਿਆ ਇੰਨਾ ਲੱਲਾ ਮੈਨੂੰ, ਉਹ ਮੇਰਾ ਵੀ ਫੋਨ ਛੋਨ ਪਕੜਾ, ਫੋਨ ਪਰਸ ਪਕੜਾ। ਧਿਆਨ ਤੇ ਜਾਈ। ਹਾਂ ਠੀਕ ਹੈ, ਠੀਕ ਹੈ, ਠੀਕ ਹੈ। ਮੈਂ ਪਤਾ ਕਰਾ ਲੈਣਾ, ਮੈਨੂੰ ਨਹੀਂ ਲੱਗਦਾ ਕਿ ਆਪਣਾ ਜਿਹੜਾ ਨਾ ਉਹ ਉੱਥੋਂ ਦਾ ਹੋਵੇ ਬੰਦਾ। ਬਸ ਟਾਈਮ ਸੀਮਾ ਜਿਹੜੀਆਂ ਨਾ ਕਿਸੇ ਹੋਰ ਸ਼ਹਿਰ ਦੀਆਂ ਹੁੰਦੀਆਂ, ਬੰਦਾ ਇੱਥੇ ਹੁੰਦਾ। ਕਰ ਲਾਂਗੇ ਸਵੇਰੇ ਟ੍ਰੇਸ। ਚਲੋ ਮੈਂ ਤਾਂ ਧਿਆਨ 'ਚ ਜਾਊਂਗਾ। ਚਲੋ ਧਿਆਨ, ਚਲੋ ਠੀਕ ਹੈ, ਅੱਲਾ ਹਾਫਿਜ਼। ਅੱਛਾ ਜੀ, ਫਾਈਨਲੀ ਮੈਂ ਘਰ ਆ ਗਿਆ ਔਰ ਸਹੀ ਸਲਾਮਤ ਆ ਗਿਆ। ਤੋ ਬਸ ਦਰਵਾਜ਼ਾ ਹੀ ਆਪ ਖੋਲ ਨਹੀਂ ਰਹੇ, ਖੁਲਵਾਤੇ ਹੈ ਦਰਵਾਜ਼ਾ। ਚਲੋ ਜੀ ਖੋਲ ਲਓ ਵੋ ਹੁਣ ਦਰਵਾਜ਼ਾ। ਦਰਿਆਬ ਕੈਸੀ ਸ਼ਕਲ ਹੈ ਬਣਾਤੇ ਤੁਮ, ਦਵਾ ਬੰਦ ਕਰੋ। ਅਸਲਾਮੁ ਅਲੈਕੁਮ ਭਾਜੀ, ਨਹੀਂ ਉੱਠੀ? ਨਹੀਂ 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 ਉੱਪਰ ਹੀ ਨਹੀਂ ਆਇਆ, ਉਹ ਤਾਂ ਲਾਈਟਰ ਖੁੱਲਣ ਆਇਆ ਯਾਰ। ਦੁਬਾਰਾ ਵੀ ਖੁੱਲਾ ਹੋਇਆ, ਕਿਤੇ ਹੋਰ ਤੇ ਨੀ ਨਿਕਲ ਗਿਆ? ਓਏ ਉਹ ਵੀ ਇਹ ਕੀ ਕਰਦਾ ਪਿਆ? ਓਏ ਉਹ ਵੀ ਦਰਿਆਬ ਹੀ ਹੈ ਨਾ, ਦਰਿਆਬ ਉਹ ਦਰਿਆਬ ਦਰਿਆਬ ਚਲਾਇਆ ਨੂੰ ਫੜੀ ਉੱਤੇ ਜਾ ਕੇ ਉਹ ਬਣ ਕਰ। ਉਹ ਕਿੱਥੇ ਗਿਆ? ਗੈਪ ਹੋ ਗਿਆ, ਗੈਪ ਹੋ ਗਿਆ। ਵੇ ਹੱਥ ਕਿਤੇ, ਹੱਥ ਦੇ ਨਿਸ਼ਾਨ ਵੇ ਕਿਸੇ ਦੇ ਹੈਗੇ ਨੇ। ਵੇ ਕੁੱਟੀ ਚੱਲ ਲੱਗੀ ਨੇ, ਚੱਲ ਲੱਗੀ ਪੂਰੀ ਗੁੱਡੀ ਖਤਮ ਹੋ ਗਈ ਹੈ।
ਪੂਰੀ ਕੁੜੀਆਂ ਖਤਮ ਹੋ ਗਈ। ਇਹਨੂੰ ਫੜ ਜਿਹੜੇ ਆਪ ਨੂੰ ਲੈ ਕੇ ਚੱਲੇ ਜ਼ਬਰਦਸਤੀ ਲੈ ਕੇ ਚੱਲੇ ਇਹਨੂੰ ਜ਼ਬਰਦਸਤੀ ਲੈ ਕੇ ਚੱਲੇ ਜ਼ਬਰਦਸਤੀ ਲੈ ਕੇ ਚੱਲੇ ਛੇਤੀ ਲੈ ਕੇ ਜ਼ਬਰਦਸਤੀ ਲੈ ਕੇ few moments later ਹਾਂ ਉੱਠ ਗਈ ਹੋ ਹੇ ਆਜ ਬੜਾ ਬੁਰਾ ਦਿਨ ਗਿਆ ਮੈਂ ਛੜੇ ਗਿਆ ਹੂੰ ਸਭ ਪਹਿਲਾਂ ਥਰੈਡ ਕੋਲ ਆਈ ਹੈ ਜੀ ਮੁਝੇ ਥਰੈਡ ਪਤਾ ਨਹੀਂ ਕਿਸ ਕੀ ਆਈ ਹੈ ਪਾਪਾ ਨੇ ਨੰਬਰ ਟਰੇਸ ਕਰਵਾਇਆ ਸਾਹੀਵਾਲ ਕੀ ਲੋਕੇਸ਼ਨ ਆ ਰਹੀ ਹੈ ਸਾਹੀਵਾਲ ਮੈਂ ਕਿਸੇ ਬੰਦੇ ਕੀ ਸਿਮ ਉਸ ਨੇ ਥਰੈਡ ਕੀਆ ਵਲੋਗਸ ਕਿ ਕੱਲ੍ਹ ਨੂੰ ਵਲੋਗ ਨਾ ਆਵੇ ਪਾਪਾ ਕਹਿੰਦੇ ਤੂੰ ਇੰਨਾ ਮਾਮੇ ਖਾਂ ਨਹੀਂ ਹੈਗਾ ਕੱਲ੍ਹ ਵੀ ਵਲੋਗ ਆਵੇਗਾ ਡੇਲੀ ਆਵੇਗਾ ਤੇਰੀ ਅਸੀਂ ਟਰੇਸ ਕਰਾ ਕੇ ਨਾ ਪਤਾ ਨਹੀਂ ਨੰਬਰ ਆਪ ਕਿਸ ਨੇ ਦਿਆ ਕੋਈ ਐਪ ਗੀਤ ਸਹੀ ਥਾ ਕੋਈ ਤੋ ਦੂਸਰਾ ਜਿਹੜੇ ਆਪ ਨੇ ਅਭੀ ਗੁੜੀਆ ਜੋ ਲਾ ਦੀ ਹੈ ਵਹਾਂ ਪੇ ਆਗ ਸਾਤ ਵਾਲੇ ਘਰ ਮੈਂ ਵੋਹੀ ਵਾਲੀ ਗੁੜੀਆ ਜੋ ਹਮੇ ਨਜ਼ਰ ਆਤੇ ਤੇ ਉਹ ਤੋਂ ਧੜਾ ਬੈਠਾ ਹੋਇਆ ਪਤਾ ਨਹੀਂ ਕਿਆ ਅਭੀ ਉੱਪਰ ਦੇਖਿਆ ਹਮਨੇ ਉੱਪਰ ਦੇਖਿਆ ਔਰ ਸਾਥ ਹੀ ਜੋ ਸਾ ਨਾ ਉੱਪਰ ਦੇਖਾ ਲਾਈਟ ਮਾਰੀ ਹੈ ਉੱਪਰ ਭਾਗਾ ਹੂੰ ਆਇਆ ਹੂੰ ਤੋ ਗੁੜੀਆ ਜਲਾਈ ਥੀ ਕਹਿਤਾ ਸਭ ਕੁਛ ਖਤਮ ਕਰ ਦੂੰਗਾ ਯੇ ਕਰ ਦੂੰਗਾ ਵੋ ਕਰ ਦੂੰਗਾ ਇਰਹਾ ਗਾਣ ਲੀ ਰਹਾ ਬਿੱਦਰਾ ਤੋਂ ਅੰਦਰ ਲੈ ਆ ਇਨਕੋ ਅੱਛਾ ਜੀ ਥੱਕ ਗਏ ਬਹੁਤ ਜ਼ਿਆਦਾ ਕਿਉਂਕਿ ਸੁਬਾਹ ਕਾ ਗਿਆ ਹੁਆ ਥਾ ਇਸੇ ਸਭ ਲੋਕ ਕਾ ਦੀਆਂ ਡ ਕਰੋ ਚੈਨਲ ਕੋ ਕਰ ਲੈ ਸਬਸਕ੍ਰਾਈਬ ਵੀਡੀਓ ਕਰ ਲੈ ਲਾਈਕ ਬਲੈਕਿੰਗ ਕੋ ਜ਼ਰੂਰ ਦਬਾ ਦੇ ਤਾਂ ਕਿ ਆਨੇ ਵਾਲੀ ਵੀਡੀਓ ਆਪ ਤੱਕ ਪਹੁੰਚੇ ਲਾ ਹਾਫਿਜ਼।